पुरानी रंजिश दे चलदियां दो नौजवानों दे वलों एक बजुर्ग दे सिर दे विच रोड़ मार दी गई, जिस दे चलदे बजुर्ग दी हालत हुण गंभीर बनी हुई है। जिक्रयोग है कि जलंधर दे छोटे बरादरी विखे सारी घटना वापरी है, जिथे पुरानी रंजिश दे चलदियां इस घटना नूं अंजाम दिता गया। बजुर्ग दे सिर दे विच रोड़ मार दी गई, जिस दे चलदे हुण उन्हां दी हालत गंभीर दसी जा रही है। फिलहाल इस घटना नूं अंजाम देण वालियां दे विचों एक नौजवान काबू आ चुका है, उत्थे ही पुलिस दे वल्लों मामले दी कारवाई की जा रही है। अंकल इन्हां नूं फड़ो, इह किसे नूं मार के आए आ। इहदे पिछे फिर दोवां दे भज्जां, एक दे पिछे मैं लगा रहा, एक उत्थे झाड़ियां चों चकानी दे के निकल गया। इह फिर घूम के इत्थे फड़क के आ के इत्थे खड्डे च डिग पिया ते फड़िया गया। ਕਿਹੜੀ ਜਗ੍ਹਾ ਦੇ ਉੱਤੇ ਨੇ ਵਾਰਦਾਤ ਨੂੰ ਅੰਜਾਮ ਦਿੱਤਾ? ਅਸੀਂ ਛੋਟੀ ਬਾਰਾਂ ਦਰੀ ਪਾਰਟ 1 ਚ ਆਪਣੇ ਕੈਮਰੇ ਸਕੂਲ ਦੇ ਲਾਗੇ ਚੀਜ਼ ਮਾਰੀ ਇਹਨੇ ਬੰਦੇ ਦੇ ਫੜਦੇ ਹੀ ਫੜਦੇ ਕੀ ਚੀਜ਼ ਮਾਰੀ ਇਹਨੇ ਬੰਦੇ ਦੇ? ਰੋਡ ਮਾਰੀ ਆ ਜੀ। ਤੋਂ ਬੰਦਾ ਕੀ ਜ਼ਖਮੀ ਹੋ ਗਿਆ? ਬੰਦਾ ਬਹੁਤ ਬੁਰੀ ਕੰਡੀਸ਼ਨ ਆ ਉਹਦੀ, ਉਹ ਕਿਮਸ ਹਸਪੀਟਲ ਚ ਲੈ ਕੇ ਗਏ। ਕੌਣ ਲੈ ਕੇ ਗਿਆ ਜੀ? ਇੱਥੋਂ ਆਮ ਹੀ ਜੋ ਲੋਕ ਜਾ ਰਹੇ ਆ ਉਹਨਾਂ ਨੇ ਸਪੋਰਟ ਕੀਤੀ ਉਹਨੂੰ ਲੈ ਕੇ ਗਏ। ਓਕੇ, ਮੌਕੇ ਤੇ ਪੁਲਿਸ ਕੰਪਲੇਂਟ ਕਰਤੀ ਜੀ? ਹਾਂਜੀ ਹਾਂਜੀ, ਪੁਲਿਸ ਆਈ ਸੀ, ਉਹ ਬੰਦਾ ਜਿਹੜਾ ਫੜਿਆ ਆ ਉਹਨੂੰ ਲੈ ਕੇ ਚਲੇ ਗਏ ਆ ਇੱਧਰ ਗੱਡੀ ਖੜੇ। ਪੁਲਿਸ ਦੇ ਹਵਾਲੇ ਕਰਤਾ? ਹਾਂ, ਪੁਲਿਸ ਦੇ ਹਵਾਲੇ ਕਰਤਾ, 6 ਨੰਬਰ ਡਿਵੀਜ਼ਨ 'ਚ। ਹਾਂਜੀ ਭਾਅ ਜੀ, ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਦੀਪਕ ਹੈ ਜੀ। ਕੀ ਗੱਲ ਕੀ ਹੋਈ ਹੈ ਭਾਅ ਜੀ ਅੱਜ ਮਾੜਾ ਜਿਹਾ? ਦੱਸ ਕੁਛ ਨਹੀਂ ਹੋਈ ਭਾਅ ਜੀ, ਆਂਢ ਗੁਆਂਢ ਦੇ ਛੋਟੇ ਮੋਟੇ ਜਿਹੜੇ ਆਪਸੀ ਝਗੜੇ ਹੁੰਦੇ, ਜਿਹੜੇ ਕਿ 5 ਮਿੰਟ 'ਚ ਸੋਲਵ ਹੋ ਜਾਂਦੇ ਆ, ਉਦਾਂ ਦੀ ਕੋਈ ਬਹਿਸ 4-5 ਦਿਨ ਪਹਿਲਾਂ ਮੇਰੇ ਫਾਦਰ ਸਾਹਿਬ ਤੇ ਰਕਸ਼ਕ ਮੁੰਡਾ ਉਰਫ ਰਜਤ ਲੇਬਰ ਕਲੋਨੀ ਦਾ ਰਹਿਣ ਵਾਲਾ ਵਾ, ਉਹਦੀ ਮੰਮੀ ਦੇ ਨਾਲ ਕੋਈ ਛੋਟੀ ਮੋਟੀ ਝੜਪ ਹੋਈ ਹੋਣੀ ਹੈ ਜਾਂ ਨਹੀਂ ਵੀ ਹੋਈ। 5 ਮਿੰਟ ਦਾ ਕੋਈ ਡਿਬੇਟ ਸੀਗਾ ਜੋ ਕਿ ਉਸ ਟਾਈਮ ਕਲੀਅਰ ਹੋ ਗਿਆ ਜੀ। ਉਸ ਚੀਜ਼ ਨੂੰ ਇਸ ਮੁੰਡੇ ਨੇ ਇਸ ਹੱਦ ਤੱਕ ਲੈ ਗਿਆ ਕਿ ਅੱਜ ਮੇਰੇ ਡੈਡੀ ਨੂੰ ਮੈਂ ਜਾਨ ਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਕਿ ਅੱਜ ਮੇਰੇ ਡੈਡੀ ਸੀਰੀਅਸ ਕੰਡੀਸ਼ਨ ਦੇ ਵਿੱਚ ਡਾਕਟਰ ਨੇ ਜਵਾਬ ਦਿੱਤਾ ਹੋਇਆ ਹੋਸਪਿਟਲ ਦਾ ਕਰਨਾ। ਇਹਦੇ ਵਿੱਚ ਉਹ ਆਪ ਸ਼ਾਮਿਲ ਹੈ, ਉਹਦੀ ਮਾਂ ਨੂੰ ਸ਼ਹਿ ਦਿੰਦੀ ਹੈ, ਉਹਦੀ ਮਾਂ ਸ਼ਾਮਿਲ ਹੈ, ਪਲੱਸ ਸਾਨੂੰ ਧਮਕੀਆਂ ਪਹਿਲਾਂ ਵੀ ਇਹਨਾਂ ਨੇ 2-4 ਵਾਰੀ ਕਰਾਈਆਂ ਕਿ ਸਾਡਾ ਜਵਾਈ ਪੰਜਾਬ ਪੁਲਿਸ 'ਚ ਆ ਜਿਹਦਾ ਨਾਮ ਤਰੁਣ ਹੈ, ਉਹ ਵੀ ਉਹਨਾਂ ਦੀ ਵੀ ਸ਼ਹਿਰ ਦੇ ਨਾਲ ਇਹਨਾਂ ਨੇ ਇਹ ਕੰਮ ਕੀਤਾ ਹੈ ਜੀ। ਅਸੀਂ ਜਦੋਂ ਇਹਨਾਂ ਨੂੰ ਕਿਹਾ ਕਿ ਤੁਸੀਂ ਬਰਾਲਾ ਪੁਲਿਸ ਵਾਲੀ ਪੁਲਿਸ ਦੀ ਹੈ ਨਾ, ਸਾਡੇ ਨਾਲ ਵੀ ਮੀਡੀਆ ਹੈਗੀ ਹੈ, ਅਸੀਂ ਕਿਹੜਾ ਇਕੱਲੇ ਹੈਗੇ, ਸਾਡੇ ਨਾਲ 10 ਬੰਦੇ ਹੋਰ ਹੈਗੇ ਆ, ਕੋਈ ਗੱਲ ਨਹੀਂ ਤੁਸੀਂ ਬਰਾਲਾ ਲਓ, ਨਜਾਇਜ਼ ਤਾਂ ਨਹੀਂ ਨਾ ਲੋਕ ਹੋਣ ਦੇਣਗੇ। ਅਤੇ ਅਸੀਂ ਜਦੋਂ ਇਹਨਾਂ ਨੂੰ ਇਹ ਗੱਲਾਂ ਕਹੀਆਂ ਅਤੇ ਇਹਨਾਂ ਨੇ ਅੱਜ ਉਹਨਾਂ ਦੀਆਂ ਸ਼ਹਿਰਾਂ ਦੇ ਵਿੱਚ ਆ ਕੇ ਅੱਜ ਉਹਨਾਂ ਨੇ ਇਹ ਕੰਮ ਕੀਤਾ ਕਿ ਮੇਰੇ ਡੈਡੀ ਨੂੰ ਅੱਜ ਜਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਕਿ ਜਿਸ ਦੇ ਵਿੱਚ ਕਿ ਮੇਰੇ ਡੈਡੀ ਅੱਜ ਇਸ ਕੰਡੀਸ਼ਨ 'ਚ ਬੈਠੇ ਨੇ। ਕੀ ਨਾਮ ਹੈ ਭਾਅ ਜੀ ਤੁਹਾਡੇ ਫਾਦਰ ਦਾ? ਮੇਰੇ ਫਾਦਰ ਦਾ ਨਾਮ ਲਲਨ ਕੁਮਾਰ। ਕਿਹੜੀ ਜਗ੍ਹਾ ਉੱਤੇ ਜਿਹੜਾ ਕਿ ਹਮਲਾ ਕੀਤਾ? ਗੁਰਮੁਖੀ ਦੇ ਰਹਿਣ ਵਾਲੇ ਭਾਅ ਜੀ, ਸਾਡੇ ਘਰ ਦੇ ਉੱਪਰ ਹੀ ਰਹਿੰਦਾ ਲੜਕਾ, ਫਲੈਟ ਹੈਗੇ ਉੱਥੇ ਉੱਪਰ ਵਾਲੇ ਫਲੈਟ 'ਤੇ ਰਹਿੰਦਾ ਲੜਕਾ ਰਜਤ, ਰਕਸ਼ਕ ਨਾਮ ਇਹਦਾ, ਪੱਕਾ ਨਾਮ ਇਹਦਾ ਰਕਸ਼ਕ, ਇਹਨੂੰ ਰਜਤ ਕਹਿੰਦੇ ਮੁਹੱਲੇ ਦੇ ਵਿੱਚ। ਦਾਰੂ ਇਹਨੇ ਹੁਣ ਵੀ ਪੀਤੀ ਹੋਈ ਆ, ਹੁਣ ਉਹਦਾ ਜਿੱਥੇ ਮੌਕੇ 'ਤੇ ਵਾਰਦਾਤ ਹੋਈ ਆ ਉੱਥੋਂ ਇਹਨਾਂ ਨੇ ਡੈਡੀ 'ਤੇ ਰੋਡਾਂ ਮਾਰੀਆਂ ਆ, ਉੱਥੋਂ ਇਹ ਭੱਜੇ ਆ ਮੋਟਰਸਾਈਕਲ ਲਾ ਕੇ, ਬੰਦੇ ਨੇ ਪਿੱਛਾ ਕੀਤਾ ਆ, ਇਹ ਡਿੱਗ ਗਏ ਆ ਅਤੇ ਬੰਦੇ ਨੇ ਇਹਨੂੰ ਫੜ ਲਿਆ ਮੌਕੇ 'ਤੇ। ਕਿੰਨੇ ਜਣੇ ਸੀਗੇ ਭਾਅ ਜੀ ਇਹ? ਇਹ ਭਾਅ ਜੀ ਕਹਿੰਦੇ ਤਾਂ 2 ਜਣੇ ਆ, ਹੁਣ ਬਾਕੀ ਪਤਾ ਨਹੀਂ ਰੱਬ ਜਣੇ, ਹੁਣ 2 ਕਿ 3 ਹੈਗੇ ਆ, ਜਿਹਨਾਂ ਨੇ ਦੇਖਿਆ ਉਹ ਕਹਿੰਦੇ 2 ਜਣੇ ਸੀਗੇ, ਭੱਜਦੇ ਦੇਖੇ 2 ਜਣੇ, ਹੁਣ 3 ਸੀਗੇ ਕਿ ਇਹ ਨਹੀਂ ਮੈਨੂੰ ਪਤਾ। ਕਿੰਨੇ ਜਣੇ ਭਾਅ ਜੀ ਜਿਹੜੇ ਮੌਕੇ ਤੋਂ ਫੜੇ ਗਏ ਨੇ? ਮੌਕੇ 'ਤੇ ਹਲੇ ਇੱਕੋ ਹੀ ਬੰਦਾ ਫੜਿਆ ਗਿਆ ਆ, ਉਹਨੇ ਵੀ ਸ਼ਰਾਬ ਪੂਰੀ ਵੱਜ ਕੇ ਪੀਤੀ ਹੋਈ, ਉਹ ਖੜਾ ਨਹੀਂ ਹੋਇਆ ਜਾ। ਕੀ ਨਾਮ ਹੈ ਭਾਅ ਜੀ ਜਿਹੜਾ ਫੜਿਆ ਗਿਆ? ਜਿਹੜਾ ਫੜਿਆ ਗਿਆ ਉਹਦਾ ਨਾਮ ਰਜਤ ਹੈ ਜੀ, ਰਕਸ਼ਕ। ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਭਾਅ ਜੀ? ਜੀ, ਜਮੂ 7 ਨੰਬਰ ਥਾਣੇ ਬੈਠਾ ਜੀ, ਪੁਲਿਸ ਦੀ ਹਿਰਾਸਤ ਦੇ ਵਿੱਚ ਹੈਗਾ। ਤੁਹਾਡੇ ਫਾਦਰ ਦੀ ਕੰਡੀਸ਼ਨ ਕਿੱਦਾਂ ਦੀ ਭਾਅ ਜੀ? ਮੇਰੇ ਫਾਦਰ ਦੀ ਕੰਡੀਸ਼ਨ ਸਰ ਇਸ ਟਾਈਮ ਕ੍ਰਿਟੀਕਲ ਹੈਗੀ ਆ, ਡਾਕਟਰ ਸਾਹਿਬ ਹਲੇ ਇਹ ਨਹੀਂ ਕਹਿ ਰਹੇ ਕਿ ਉਹ ਬਚ ਜਾਂਦੇ, ਇਹੀ ਕਹਿ ਰਹੇ ਕਿ ਕੁਝ ਨਹੀਂ ਹੋ ਸਕਦਾ। 2 ਹਸਪਤਾਲਾਂ ਤੋਂ ਤੁਹਾਨੂੰ ਜਵਾਬ ਵੀ ਮਿਲ ਚੁੱਕਿਆ ਹੈ? ਦੋ ਤੋਂ ਜਵਾਬ ਦੇ ਚੁੱਕੇ, ਤੀਸਰੇ 'ਚ ਲੈ ਕੇ ਗਏ। ਕਿਹੜੀ ਜਗ੍ਹਾ ਭਾਅ ਜੀ ਹੁਣ ਐਡਮਿਟ ਨੇ? ਸਰ ਹੁਣ ਅਰਮਾਨ ਹਸਪਤਾਲ ਦੇ ਵਿੱਚ ਦਾਖਲ ਨੇ, ਪਿੰਸ ਤੋਂ ਵੀ ਜਵਾਬ ਮਿਲ ਗਿਆ ਵਾ, ਐਸਐਸ ਤੋਂ ਵੀ ਜਵਾਬ ਮਿਲ ਗਿਆ, ਹੁਣ ਅਸੀਂ ਇੱਥੇ ਅਰਮਾਨ ਹਸਪਤਾਲ ਆਏ। ਤੁਸੀਂ ਪੁਲਿਸ ਕੰਪਲੇਂਟ ਕਰ ਦਿੱਤੀ ਹੈ ਭਾਅ ਜੀ? ਸਰ 7 ਨੰਬਰ ਥਾਣੇ ਤੋਂ ਆਏ ਸੀ ਸਬ ਇੰਸਪੈਕਟਰ ਸਾਹਿਬ ਸੁਰਜੀਤ ਜੀ, ਉਹ ਆਪਣੇ ਬਿਆਨ ਲਿਖ ਕੇ ਲੈ ਗਏ ਨੇ, ਮੌਕੇ 'ਤੇ ਦੇਖ ਗਏ ਨੇ, ਠੀਕ ਹੈ ਜੀ। ਦੇਖੋ ਇਸ ਤਰ੍ਹਾਂ ਹੈਗਾ ਜੀ, ਆਪਣੇ ਲਾਲ ਕੁਮਾਰ ਜੀ ਹੈਗੇ ਆ, 60 ਸਾਲ ਇਹਨਾਂ ਦੀ ਉਮਰ ਹੈ, ਲੇਬਰ ਕਲੋਨੀ ਦੇ ਰਹਿਣ ਵਾਲੇ ਆ। ਇਹ ਕਿਤੇ ਸਾਈਕਲ 'ਤੇ ਜਾ ਰਹੇ ਸੀਗੇ, ਪਤਾ ਲੱਗਾ ਸਾਨੂੰ, ਇੰਟੀਮੇਸ਼ਨ ਮਿਲੀ ਆ ਵੀ ਇਹਨਾਂ ਦੇ ਨਾਲ ਕਿਸੇ ਦਾ ਝਗੜਾ ਹੋਇਆ ਕਿਸੇ ਜੀ। ਕੌਣ ਲੋਕ ਸੀ ਸਰ ਜਿਨ੍ਹਾਂ ਵੱਲੋਂ ਹਮਲਾ ਕੀਤਾ ਗਿਆ ਇਹਦੇ ਉੱਪਰ? ਉਹ ਵੀ ਲੇਬਰ ਕਲੋਨੀ ਦੇ ਦੱਸਦੇ ਆ ਜੀ। ਸਰ ਕੋਈ ਪੁਰਾਣੀ ਰੰਜ ਸੀ? ਕੋਈ ਇਹਨਾਂ ਦਾ ਗਲੀ ਗੁਆਂਢ ਦੇ ਵਿੱਚ ਝਗੜਾ ਸੀ। ਕਿੰਨੇ ਵਿਅਕਤੀ ਸੀ ਸਰ? ਉਹ 2 ਬੰਦੇ। ਸਰ ਕੋਈ ਰਾਊਂਡ ਆਫ ਹੋਇਆ? ਇੱਕ ਬੰਦਾ ਜੀ। ਹੁਣ ਕਰੀ ਸਰ, ਕੀ ਸਿਚੁਏਸ਼ਨ ਕਿਸ ਤਰੀਕੇ ਦੀ ਆ ਲਲਨ ਕੁਮਾਰ ਜੀ ਦੀ? ਡਾਕਟਰ ਸਾਹਿਬ ਨੇ ਅਨਫਿਟ ਦੱਸਿਆ ਜੀ। ਜੀ, ਸੋ ਸਰ ਹੁਣ
ਕੀ ਕਾਰਵਾਈ ਕੀਤੀ ਜਾ ਰਹੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਆਪਾਂ ਜੋ ਵੀ ਆਪਣੇ ਕਾਨੂੰਨ ਦਾ ਮੁਤਾਬਕ ਐਫ ਆਈ ਆਰ ਦਰਜ ਕਰਾਂਗੇ ਜੀ ਦੱਸ ਦਈਏ ਕਿ ਉਹ ਕੀ ਸਵੇਰ ਦੇ ਖੇਡੀ ਜਾਂਦੇ ਹੋ ਤੁਸੀਂ ਉਹ ਬਸ ਕਰੋ ਪੜ ਵੀ ਲਾਓ ਹੁਣ ਯੈਸ ਚੀਟਰ 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 ਝੂਠਾ ਕਿ ਸਿਠਾ ਦਾ ਐਮੇ ਚੀਟਿੰਗ ਕਰਕੇ ਜਿੱਤਦਾ ਰਹਿੰਦਾ ਸੋ ਮੈਨੂੰ ਮੈਂ ਕੋਈ ਚੀਟਿੰਗ ਨਹੀਂ ਕੀਤੀ ਉਹ ਆਤਾ ਝੂਠੀਆਂ ਕਸਮਾਂ ਖਾਈ ਜਾਂਦਾ ਹੈ ਧੋਖੇਬਾਜ਼ ਕਿਸੇ ਥਾਂ ਦਾ ਪਾਪ ਲੱਗੂ ਪਾਪ ਉਹ ਕੱਪੂ ਤੂੰ ਐਵੇਂ ਇੰਨੀਆਂ ਝੂਠੀਆਂ ਸੌਵਾਂ ਕਿਉਂ ਖਾਈ ਜਾਂਦਾ ਮੈਂ ਸੋ ਖਾਦੀ ਤਾਂ ਤੁਹਾਨੂੰ ਇੰਨੀ ਭੀੜ ਹੋ ਗਈ ਆਹ ਸਰਕਾਰ ਨੇ ਇੰਨੀਆਂ ਸੋਹਾ ਖਾਦੀਆਂ ਵਾਅਦੇ ਕੀਤੇ ਉਹਨਾਂ ਦਾ ਕੀ ਕਿਹਾ ਸੀ ਘਰ ਘਰ ਰੋਜ਼ਗਾਰ ਮਿਲੂਗਾ ਦਿੱਤੀਆਂ ਘਰ ਘਰ ਨੌਕਰੀਆਂ ਮੇਰਾ ਵੀਰਾ ਹੁਣ ਵੀ ਧੱਕੇ ਖਾਉਂਦਾ ਨਾਲੇ ਨਸ਼ੇ ਕਰਦਾ ਨਸ਼ਾ ਖਤਮ ਕਰਨ ਦੀ ਵੀ ਤਾਂ ਸੌ ਖਾਦੀ ਸੀ ਇਹਨਾਂ ਨੇ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੀ ਸੌ ਹੋ ਗਏ ਸਭ ਦੇ ਸਾਰੇ ਕਰਜ਼ੇ ਮਾਫ ਬਾਪੂ ਦੇ ਤਾਂ ਖੇਤ ਵੀ ਬੈਂਕ ਵਾਲੇ ਲੈ ਗਏ ਇਸ ਕਾਂਗਰਸ ਸਰਕਾਰ ਤੋਂ ਕਿਉਂ ਨਹੀਂ ਜਵਾਬ ਮੰਗਦੇ